ਪ੍ਰਭ ਕੋ ਮਿਲਵੋ ਜਾਹੈ ਕੋ ਸ਼ਬਦ ਪਹਿਲੇ ਰਾਜ ਕਰੇਗਾ ਖਾਲਸਾ ਆਖੀ ਰਹਿ ਨਾ ਕੋਏ ਵਾਰ ਹੋਏ ਸਭ ਮਿਲੇ ਤੇ ਵਜੇ ਸ਼ਰਨ ਜੋਏ ਵਾਰ ਹੋਏ ਸਭ ਮਿਲੇ ਤੇ ਵਜੇ ਸ਼ਰਨ ਜੋਏ ਹੋਰੇ ਸਭ ਬਾਦ ਮਾਸ ਨਾਰੀ ਕੋ ਪੰਜਰ ਪੰਜੀ ਬਸੇ ਪਿਆਰ ਪ੍ਰਾਣੀ ਪਿਆ ਮੇਰਾ ਪਿਆ ਮੇਰਾ ਰਾਖੋ ਕੰਧ ਉਸਾਰੋ ਨੀਵਾ ਸਾਡੇ ਦੀਨ ਹੱਥ ਤੇਰੀ ਸੀਮਾ ਮਨ ਕੇ ਬਾਲ ਬਾਲ ਸੇ ਤੇਰੀ ਏ ਤਨ ਹੋਏ ਕੋ ਪਸੰਦ ਦੀ ਤੇਰੀ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਵਾਰੀ ਹਾਰੀ ਮੇਰੀ ਜਾਤ ਅੱਜ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਭਰੇ ਹੋਏ ਮਨ ਦੇ ਨਾਲ ਅਸੀਂ ਆਪਣੇ ਪਰਿਵਾਰਕ ਬਜ਼ੁਰਗ ਸ਼੍ਰੀ ਪ੍ਰੇਮ ਕੁਮਾਰ ਜੀ ਬਦਵਾ ਦੀ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੇ ਹਾਂ ਜੋ ਕਿ ਅਚਾਨਕ ਬੇਵਕਤ ਦੇਖਦੇ ਹੀ ਦੇਖਦੇ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਿਆ ਉਹਨਾਂ ਦੀ ਅੱਜ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਸ਼ਹਿਰ ਦੀਆਂ ਸਿਆਸੀ ਧਾਰਮਿਕ ਸਮਾਜਿਕ ਅਤੇ ਸਭਾ ਸੁਸਾਇਟੀਆਂ ਦੇ ਪ੍ਰਧਾਨ ਜੁੜ ਬੈਠੇ ਹਨ ਪਰਿਵਾਰ ਵੱਲੋਂ ਬੇਨਤੀ ਹੋਈ ਹੈ ਟਾਈਮ ਦੇ ਕਾਰਨ ਅਸੀਂ ਉਹਨਾਂ ਸਾਰਿਆਂ ਗੁਰੂ ਗੋਬਿੰਦ ਸਿੰਘ ਜੀ
Thank you.
Thank you.
ओ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਜਾ ਕਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪੁਰਾ ਕੀ ਦੇ ਜੋ ਪ੍ਰਭ ਕਹੋ ਮਿਲ ਵਾਚੈ ਕੋ ਸ਼ਬਦ ਪਹਿਲੇ ਰਾਜ ਕਰੇਗਾ ਖਾਲਸਾ ਆਖੀ ਰਹਿ ਨਾ ਕੋਏ ਵਾਰ ਹੋਏ ਸਭ ਮਿਲੇ ਜੇ ਵਜੇ ਸ਼ਰਨ ਜੋਏ ਵਾਰ ਹੋਏ ਸਭ ਮਿਲੇ ਜੇ ਵਜੇ ਸ਼ਰਨ ਜੋਏ ਹੋਏ ਸਭ ਬਾਦ ਮਾਸ ਨਾਰੀ ਕੋ ਕੁੰਜਰ ਪੰਛੀ ਬਸੇ ਪਿਆਰਾ ਪ੍ਰਾਣੀ ਪਿਆ ਮੇਰਾ ਪਿਆ ਮੇਰਾ ਰਾਖੋ ਕੰਦ ਉਸਾਰੋ ਨੀਵਾ ਸਾਡੇ ਦੀਨ ਹੱਥ ਤੇਰੀ ਸੀਵਾ ਬਣ ਕੇ ਬਾਲ ਬਾਲ ਸਿਰ ਢੇਰੀ ਇਹ ਕਰਨ ਹੋਏ ਗੋ ਪਸੰਦ ਦੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਵਾਰੀ ਹਾਰੀ ਮੇਰੀ ਜਾਨ ਤੇਰੀ ਪ੍ਰੇਮ ਦਾ ਮੇਰੀ ਵਰਵਾ ਇਹਨਾਂ ਦੀ ਅੰਤਿਮ ਪ੍ਰਕਾਰ ਦੇ ਅੰਦਰ ਆਪਾਂ ਸਾਰੇ ਇਕੱਤਰ ਰਹੇ ਹਾਂ ਗੁਰੂ ਦਾ ਸੰਕਲਪ ਆਪਾਂ ਨੇ ਸਰਪਣ ਕੀਤੇ ਹਨ ਉਪਰੰਤ ਅਰਦਾਸ ਦੇ ਸਾਰਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਦੇ ਕੀਤੀ ਇਹ ਅਰਦਾਸ ਜੀਵਾਤਮਾ ਸਰੀਰ ਆਪਣੇ ਚਰਨਾਂ ਵਿੱਚ ਮਨ ਕਰਕੇ ਉੱਚੇ ਪਰਿਵਾਰਾਂ ਨੂੰ ਭਾਣਾ ਮੰਦਰ ਕਰ ਵਾਸਤੇ ਇਹ ਸਾਰਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਦੇ ਕੀਤੀ ਹੈ। ਇਸ ਤੋਂ ਪਹਿਲਾਂ ਕਿ ਡਾਕਟਰ ਸਾਹਿਬ ਸਿੰਘ ਗੋਲਨ ਬੇਨਤੀ ਹੈ ਕਿ ਜੋ ਘਰ ਦੇ ਮੁੱਖ ਹਨ ਹਰੀਸ਼ ਕੁਮਾਰ ਜੀ ਉਹ ਗੁਰੂ ਮਹਾਰਾਜ ਦੇ ਕੰਮ ਤਾਂ ਕਿ ਉਹਨਾਂ ਨੂੰ ਜੋ ਸਰੂਪ ਹੈ ਉਹ ਦਰਬਾਰ ਦਿੱਤਾ ਜਾਵੇ। ਉਸ ਤੋਂ ਬਾਅਦ ਡਾਕਟਰ ਸਰਨਜੀਤ ਸਿੰਘ ਜੀ ਨਿੱਜਾ ਗ੍ਰਹਿਣ ਦੋ ਮਿੰਟ ਵਾਸਤੇ ਜੋ ਪਰਿਵਾਰ ਵੱਲੋਂ ਹੁਕਮ ਹੋਇਆ ਉਹਨਾਂ ਨੂੰ ਉਹ ਸਾਰਿਆਂ ਨੂੰ ਨਿਯੰਤਰਣ ਕੀਤੇ ਨਾਲ ਹੀ ਗੁਰੂ ਗ੍ਰੰਥਾਂ ਦੀ ਸੇਵਾ ਜੋ ਹੈ ਅਤੇ ਜੋ ਉਹਨਾਂ ਸ਼ਰਧਾਂਜਲੀ ਦਿੰਦੀ ਹੈ ਉਹ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਮਹਾਰਾਜ ਦੇ ਵੀ ਚਾਰ ਅੱਜ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਭਰੇ ਹੋਏ ਮਨ ਦੇ ਨਾਲ ਅਸੀਂ ਆਪਣੇ ਪਰਿਵਾਰਕ ਬਜ਼ੁਰਗ ਸ਼੍ਰੀ ਪ੍ਰੇਮ ਕੁਮਾਰ ਜੀ ਵਲੋਂ ਦੀ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੇ ਹਾਂ।